ਨਮਸਕਾਰ ਅੱਜ ਦੀਆਂ ਪ੍ਰਮੁੱਖ ਸੁਰਖੀਆਂ। ਆਪਣੀ ਹੀ ਸਰਕਾਰ 'ਚ ਬਗਾਨਿਆਂ ਵਾਂਗੂ ਬੁਨਿਆਦੀ ਸਹੂਲਤਾਂ ਲਈ ਧਰਨੇ ਲਾਉਣ ਲੱਗੇ ਕਾਂਗਰਸੀ। ਰੂਪਨਗਰ ਦੀਆਂ 5 ਕਲੋਨੀਆਂ 'ਚ ਪਾਣੀ ਦੀ ਸਪਲਾਈ ਨਾ ਆਉਣ ਕਾਰਨ ਸਥਾਨਕ ਕਾਂਗਰਸੀਆਂ ਨੂੰ ਲੋਕਾਂ ਦੇ ਉਲਾਂਭੇ ਸੁਣਨ ਤੋਂ ਬਾਅਦ ਜਦੋਂ ਮਾਮਲਾ ਹੱਲ ਨਾ ਹੋਇਆ ਤਾਂ ਕਾਂਗਰਸ ਆਗੂ ਰਾਜੇਸ਼ ਕੁਮਾਰ ਜੋ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਦੇ ਮੈਂਬਰ ਵੀ ਹਨ, ਕਲੋਨੀ ਨਿਵਾਸੀਆਂ ਨੂੰ ਲੈ ਕੇ ਨਗਰ ਕੌਂਸਲ ਦਫ਼ਤਰ 'ਚ ਧਰਨਾ ਦੇਣ ਜਾ ਪੁੱਜੇ ਅਤੇ ਪੀਣ ਵਾਲੇ ਪਾਣੀ ਦੀ ਸਪਲਾਈ ਨਾ ਮਿਲਣ ਦੇ ਰੋਸ ਵਜੋਂ ਲੋਕਾਂ ਨੇ ਨਗਰ ਕੌਂਸਲ ਦਫ਼ਤਰ ਮੂਹਰੇ ਪੀਣ ਵਾਲੇ ਪਾਣੀ ਨੂੰ ਜਲਦੀ ਉਪਲਬਧ ਕਰਵਾਉਣ ਦੀ ਮੰਗ ਕੀਤੀ। ਗਾਰਡਨ ਕਲੋਨੀ, ਨਿਊ ਗਾਰਡਨ ਕਲੋਨੀ, ਦਸ਼ਮੇਸ਼ ਕਲੋਨੀ, ਲਖਵਿੰਦਰ ਇਨਕਲੇਵ, ਮਲਹੋਤਰਾ ਕਲੋਨੀ ਆਦਿ ਦੇ ਵਾਸੀਆਂ ਵੱਲੋਂ ਕੌਂਸਲ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਨਵਜੰਮੇ ਬੱਚੇ ਦੀ ਮੌਤ ਦੇ ਮਾਮਲੇ 'ਚ ਨੀਲਮ ਨਰਸਿੰਗ ਹੋਮ ਤੇ ਅਣਗਹਿਲੀ ਦੇ ਦੋਸ਼। ਰੂਪਨਗਰ ਸ਼ਹਿਰ ਦੇ ਮਾਤਾ ਰਾਣੀ ਮੁਹੱਲੇ ਵਿੱਚ ਸਥਿਤ ਨੀਲਮ ਨਰਸਿੰਗ ਹੋਮ ਵਿਖੇ ਡਿਲੀਵਰੀ ਦੌਰਾਨ ਨਵਜੰਮੇ ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਨਰਸਿੰਗ ਹੋਮ ਦੇ ਪ੍ਰਬੰਧਕਾਂ 'ਤੇ ਅਣਗਹਿਲੀ ਵਰਤਣ ਦੇ ਦੋਸ਼ ਲਗਾਏ ਹਨ ਅਤੇ ਇਸ ਸੰਬੰਧੀ ਸ਼ਿਕਾਇਤ ਸਿਵਲ ਹਸਪਤਾਲ ਦੇ SMO ਨੂੰ ਵੀ ਦਿੱਤੀ। ਜਦਕਿ ਦੂਜੇ ਪਾਸੇ ਉਕਤ ਘਟਨਾ ਦੀ ਕਵਰੇਜ ਕਰਨ ਪਹੁੰਚੇ ਪੱਤਰਕਾਰਾਂ ਨਾਲ ਉਕਤ ਡਾਕਟਰ ਦੇ ਬੇਟੇ ਨੇ ਗਾਲੀ ਗਲੋਚ ਕਰਦਿਆਂ ਉਹਨਾਂ ਦੇ ਮੋਬਾਈਲ ਖੋਹਣ ਦੀ ਕੋਸ਼ਿਸ਼ ਕੀਤੀ ਅਤੇ ਪੱਤਰਕਾਰਾਂ ਨਾਲ ਬਦਸਲੂਕੀ ਕੀਤੀ। ਉਪਰੰਤ ਪੁਲਿਸ ਉਕਤ ਡਾਕਟਰ ਦੇ ਬੇਟੇ ਨੂੰ ਕਾਬੂ ਕਰਕੇ ਥਾਣੇ ਲੈ ਗਈ। ਇਸ ਘਟਨਾ ਸੰਬੰਧੀ ਗਰਭਵਤੀ ਔਰਤ ਨੇ ਦੱਸਿਆ ਕਿ ਉਹ ਉਕਤ ਨੀਲਮ ਨਰਸਿੰਗ ਹੋਮ ਵਿੱਚ ਡਿਲੀਵਰੀ ਕਰਵਾਉਣ ਲਈ ਆਈ ਸੀ, ਪਰ ਜਦੋਂ ਸਾਰੀ ਰਾਤ ਬੀਤਣ ਤੋਂ ਬਾਅਦ ਸਵੇਰੇ 8 ਵਜੇ ਡਿਲੀਵਰੀ ਹੋਈ ਤਾਂ ਡਾਕਟਰ ਨੇ ਤੁਰੰਤ ਸਿਵਲ ਹਸਪਤਾਲ ਲਿਜਾਣ ਦੀ ਤਾਕੀਦ ਕੀਤੀ। ਜਦੋਂ ਉਸਦੀ ਭੈਣ ਬੱਚੇ ਨੂੰ ਲੈ ਕੇ ਸਿਵਲ ਹਸਪਤਾਲ ਪਹੁੰਚੀ ਤਾਂ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਉਹਨਾਂ ਦੋਸ਼ ਲਾਇਆ ਕਿ ਉਹ ਡਾਕਟਰ ਦੀ ਅਣਗਹਿਲੀ ਕਾਰਨ ਹੀ ਬੱਚਾ ਮਰਿਆ ਹੈ। ਇਸ ਸੰਬੰਧੀ ਜਦੋਂ ਡਾਕਟਰ ਨੀਲਮ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸਨੇ ਇਹਨਾਂ ਦੋਸ਼ਾਂ ਨੂੰ ਨਕਾਰਿਆ ਅਤੇ ਕਿਹਾ ਕਿ ਉਹਨਾਂ ਦਾ ਹਸਪਤਾਲ ਨਗਰ ਕੌਂਸਲ 'ਚ ਰਜਿਸਟਰਡ ਹੈ, ਜਦਕਿ ਡਿਲੀਵਰੀ ਦੇ ਪੂਰੇ ਇੰਤਜ਼ਾਮ ਹੋਣ ਸੰਬੰਧੀ ਉਹਨਾਂ ਵੱਲੋਂ ਕੋਈ ਖੁਲਾਸਾ ਨਹੀਂ ਕੀਤਾ ਗਿਆ। ਸ਼੍ਰੀ ਚਮਕੌਰ ਸਾਹਿਬ ਖੇਤਰ ਦੇ ਪਿੰਡਾਂ ਵਿੱਚ ਖੁੱਲ੍ਹੇ ਪਏ ਬੋਰ ਡਰਾ ਰਹੇ ਹਨ ਪਿੰਡ ਵਾਸੀਆਂ ਨੂੰ। ਚਮਕੌਰ ਸਾਹਿਬ ਦੇ ਪਿੰਡ ਚਮਲੂਟੀ ਵਿਖੇ ਖੁੱਲ੍ਹੇ ਬੋਰਵੈਲ ਸੰਬੰਧੀ ਖਬਰ ਤੋਂ ਬਾਅਦ ਸੰਬੰਧਿਤ ਵਿਭਾਗ ਨੇ ਬੋਰਵੈਲ ਨੂੰ ਤਾਂ ਬੰਦ ਕਰ ਦਿੱਤਾ ਹੈ, ਪਰ ਉਸ ਤੋਂ ਕਰੀਬ 3 ਕਿਲੋਮੀਟਰ ਦੂਰ ਡਹਿਰ ਪਿੰਡ ਦੇ ਵਿੱਚ ਸਰਕਾਰੀ ਟਿਊਬਵੈਲ ਖਤਰਨਾਕ ਸਥਿਤੀ ਵਿੱਚ ਮੂੰਹ ਅੱਡੀ ਖੁੱਲ੍ਹੇ ਪਏ ਹਨ। ਇਸ ਤਰ੍ਹਾਂ ਪਿੰਡ ਰੁੜਕੀ ਹੀਰਾਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਅਹਾਤੇ ਵਿੱਚ ਵੀ ਅਜਿਹਾ ਖੁੱਲ੍ਹਾ ਬੋਰਵੈਲ ਸਕੂਲ ਦੇ ਬੱਚਿਆਂ ਲਈ ਖਤਰਾ ਪੈਦਾ ਕਰ ਰਿਹਾ ਹੈ। ਹੋਰ ਪਿੰਡ ਭੂਰੜੇ, ਢੇਸਪੁਰ ਤੋਂ ਵੀ ਬੋਰਵੈਲ ਖੁੱਲ੍ਹੇ ਹੋਣ ਦੀਆਂ ਖਬਰਾਂ ਆ ਰਹੀਆਂ ਹਨ। ਬੰਗਾ ਗੜਸ਼ੰਕਰ ਸ਼੍ਰੀ ਅਨੰਦਪੁਰ ਸਾਹਿਬ ਸੜਕ ਨੇ ਲਈ ਇੱਕ ਨੌਜਵਾਨ ਦੀ ਬਲੀ। ਵੱਧ ਤੋਂ ਬਦਤਰ ਹੋ ਚੁੱਕੀ ਸ਼੍ਰੀ ਅਨੰਦਪੁਰ ਸਾਹਿਬ ਗੜਸ਼ੰਕਰ ਬੰਗਾ ਮਾਰਗ ਨੇ ਬੀਤੀ ਰਾਤ ਇੱਕ ਨੌਜਵਾਨ ਦੀ ਬਲੀ ਲੈ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਬਲਵਿੰਦਰ ਸਿੰਘ ਵਾਸੀ ਲੋਧੀਪੁਰ ਸ਼੍ਰੀ ਅਨੰਦਪੁਰ ਸਾਹਿਬ ਜ਼ਿਲ੍ਹਾ ਰੂਪਨਗਰ ਸਕੂਟਰ 'ਤੇ ਸਵਾਰ ਹੋ ਕੇ ਨੂਰਪੁਰ ਬੇਦੀ ਤੋਂ ਸ਼੍ਰੀ ਅਨੰਦਪੁਰ ਸਾਹਿਬ ਆ ਰਿਹਾ ਸੀ, ਪਰ ਪਿੰਡ ਗਰਾ ਨਜ਼ਦੀਕ ਸੜਕ ਵਿਚਲੇ ਟੋਏ ਵਿੱਚ ਵੱਜਣ ਕਾਰਨ ਉਹ ਨੌਜਵਾਨ ਦੇ ਸਕੂਟਰ ਦਾ ਸੰਤੁਲਨ ਵਿਗੜ ਗਿਆ ਅਤੇ ਸੜਕ 'ਤੇ ਡਿੱਗਣ ਕਾਰਨ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ ਅਤੇ ਜ਼ਖਮਾਂ ਦੀ ਤਾਪ ਨਾਲ ਸਹਾਰਦਾ ਹੋਇਆ ਅਕਾਲ ਚਲਾਣਾ ਕਰ ਗਿਆ। ਜ਼ਿਕਰਯੋਗ ਹੈ ਕਿ ਸੜਕ ਦੀ ਹਾਲਤ ਵੱਧ ਤੋਂ ਵੱਧ ਹੋਣ ਕਾਰਨ ਸੈਂਕੜੇ ਲੋਕ ਆਪਣੀ ਜਾਨਾਂ ਗੁਆ ਚੁੱਕੇ ਹਨ। ਛੁੱਟੀ ਕੱਟਣ ਘਰ ਆ ਰਹੇ CISF ਜਵਾਨ ਦੀ ਭੇਦ ਭਰੇ ਹਾਲ 'ਚ ਮੌਤ। ਬਨਾਰਸ ਤੋਂ ਛੁੱਟੀ ਕੱਟਣ ਆ ਰਹੇ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਦੇ ਅਨੰਦਪੁਰ ਸਾਹਿਬ ਦੇ ਪਿੰਡ ਬੱਡਲ ਦੇ ਜਵਾਨ ਦੀ ਭੇਦ ਭਰੇ ਹਾਲ 'ਚ ਮੌਤ ਹੋ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ। ਪੁਲਿਸ ਵੱਲੋਂ ਮ੍ਰਿਤਕ ਜਵਾਨ ਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕਰਕੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ। ਇਹ ਸਨ ਅੱਜ ਦੀਆਂ ਪ੍ਰਮੁੱਖ ਸੁਰਖੀਆਂ। ਕੱਲ੍ਹ ਕਿਹੜੀਆਂ ਖਬਰਾਂ ਅਖਬਾਰ ਦੀਆਂ ਸੁਰਖੀਆਂ ਬਣਦੀਆਂ ਹਨ ਲੈ ਕੇ ਹਾਜ਼ਰ ਹੋਵਾਂਗੇ। ਤਦ ਤੱਕ ਇਜਾਜ਼ਤ ਦਿਓ, ਸਤਿ ਸ਼੍ਰੀ ਅਕਾਲ।